ਇਹ ਕੋਈ ਨਾਜ਼ਰੀਨ ਕੋਈ ਪੁਰਾਣਾ ਜਿਹਾ ਇਲਾਕਾ ਨਜ਼ਰ ਆਇਆ ਮੈਨੂੰ। ਇੱਕ ਸੈਕਿੰਡ ਠਹਿਰਿਓ, ਚੈੱਕ ਕਰ ਰਹੇ ਹੋ ਤੁਸੀਂ? ਤੁਸੀਂ ਬਲਕਿ ਮੇਰੇ ਨਾਲ ਹੀ ਚੈੱਕ ਕਰ ਰਹੇ ਹੋ, ਹੈ ਨਾ? ਇਹ ਕੋਈ ਨਾ ਹੈਗਾ ਵੀ ਕਿਰਸ਼ੇ ਟੈਪ, ਚਰਚ ਟੈਪ, ਹੱਲ ਦੱਸ। ਤਫਾਨ ਨੇ ਨਾ ਆਪਣੇ ਯਾਰਾਂ ਦੋਸਤਾਂ ਨੂੰ ਪੇਜ ਨਹੀਂ ਹੁੰਦੀ। ਅੱਛਾ ਲੱਗ ਰਿਹਾ, ਇਹ ਵੀ ਕੋਈ ਪੁਰਾਣਾ ਸਾ ਹੈ ਕੁਛ, ਹੈ ਨਾ? ਇਹ ਵਾਲਾ, ਇਹ ਵਾਲੀ ਬਿਲਡਿੰਗ, ਇਹ ਬੌਸ, ਹੈ ਨਾ? ਅੱਛਾ ਨਾਜ਼ਰੀਨ, ਮੈਨੂੰ ਨਾ ਲੁਕਮਾਨ ਦੱਸਣ ਦਿਆ ਵੇ, ਇਹ ਪਿੱਛੇ ਜੇ ਨਾ ਤਕਰੀਬਨ ਕੋਈ 4-5 ਸਾਲ ਪਹਿਲੇ, ਸ਼ਾਇਦ ਤੁਹਾਨੂੰ ਵੀ ਪਤਾ ਹੋਵੇ, ਇੱਕ ਨਾ ਚਰਚ ਨੂੰ ਅੱਗ ਲੱਗੀ ਸੀ, ਕਿਰਸ਼ੇ ਨੂੰ ਅੱਗ ਲੱਗੀ ਸੀ ਨਾ। ਉਹ ਤਕਰੀਬਨ ਬੜੀ ਗੱਲ ਮਸ਼ਹੂਰ ਹੋਈ ਸੀ ਪੂਰੀ ਦੁਨੀਆ ਦੇ ਵਿੱਚ ਹੀ, ਸਪੇਨ ਦੇ ਵਿੱਚ, ਨਹੀਂ ਸਪੇਨ ਨਹੀਂ, ਮੈਂ ਕਿੱਥੇ ਹਾਂ, ਆਹੋ ਪੈਰਿਸ ਦੇ ਵਿੱਚ ਨਾ। ਅਤੇ ਨਾਜ਼ਰੀਨ, ਉਹ ਇਹ ਵਾਲੀ ਚਰਚ ਸੀ, ਉਹ ਵਾਲੀ, ਔਰ ਹਜੇ ਤੱਕ ਇਹਦੀ ਮੁਰੰਮਤ ਦਾ ਕੰਮ ਹੋਣ ਦਿਆ ਵੇ, ਠੀਕ ਹੈ ਨਾ? ਇੱਕ ਸੈਕਿੰਡ ਠਹਿਰੋ, ਇਹ ਚੈੱਕ ਕਰ ਰਹੇ ਹੋ ਤੁਸੀਂ? ਹੁਣ ਮੈਂ ਅੱਗੇ ਨਹੀਂ ਜਾਣਾ ਕਿਉਂਕਿ ਬੱਚੇ ਜਿਹੜੇ ਨਾ ਮੈਂ ਪਿੱਛੇ ਛੱਡ ਕੇ ਆਇਆ ਵਾਂ। ਇਹ ਮਤਲਬ ਹਜੇ ਤੱਕ ਇਹਦੀ ਮੁਰੰਮਤ ਦਾ ਕੰਮ ਹੋ ਰਿਹਾ ਹੈ। ਇਹ ਨਵੀਂ ਤਾਜ਼ੀ ਜਿਹੜੀ ਮੈਂ ਤੁਹਾਨੂੰ ਦੱਸਣੀ ਸੀ, ਅਤੇ ਆਓ ਚਲੀਏ ਹੁਣ ਅੱਗੇ। ਕਿੰਨੀ ਦੂਰ ਹੈ ਫਾਨ ਲੁਕਮਾਨ? ਲੁਕਮਾਨ ਕਿੰਨਾ ਰਹਿ ਗਿਆ? 2 ਮਿੰਟ ਸੱਜੇ ਕਿ ਖੱਬੇ ਇੱਥੋਂ ਇੱਧਰ? ਹੈਂ, ਅੱਛਾ ਸਿੱਧੇ ਜਾਣਾ, ਚਲੋ ਅਸੀਂ ਵੀ ਲੰਘ ਜਾਂਦੇ ਹਾਂ। ਅੱਛਾ ਕੋਈ ਇਹਨਾਂ ਨੂੰ ਵੇਖਿਆ? ਕਸਮੇ ਅਸੀਂ ਇੱਥੋਂ ਲੰਘਦੇ ਹਾਂ ਅਤੇ ਗੱਡੀ ਨਿਕਾਲ ਕੇ ਉਹ ਗਏ ਨੇ। ਲਓ ਜੀ, ਇਹ ਹੈਗਾ ਵੇ ਅੰਦਰੂਨ ਬਾਜ਼ਾਰ, ਅੰਦਰੂਨ ਅਨਾਰਕਲੀ। ਅੱਛਾ ਇੱਧਰ। ਅੱਛਾ ਜੀ, ਅੱਛਾ ਜੀ, ਯਾਰ ਇੱਕ ਅੱਛਾ ਬਾਜ਼ਾਰ ਹੈ, ਹੈ ਨਾ ਆਫੀਆ? ਅੱਛਾ ਇਹ ਵਾਲੇ ਸਟਰਾਸੇ ਹੈ, ਹੈ ਨਾ? ਹਾਂਜੀ, ਇੱਕ ਰੈਸਟੋਰੈਂਟ ਨੇ ਸਾਰੇ ਇੱਥੇ ਮੇਰੇ ਖਿਆਲ ਨਾਲ। ਓਏ ਹੋਰ ਦੱਸ। ਹਾਂ ਜੀ, ਮੈਂ ਆਪਣੇ ਲਈ ਲੈ ਕੇ ਗਿਆ ਥਾ। ਅੱਛਾ 50 ਸੈਂਟ ਦਾ ਲੁਕਮਾਨ, 50 ਸੈਂਟ ਦਾ ਇੱਕ, ਪਤਾ ਨਹੀਂ, ਮੈਨੂੰ ਨਹੀਂ ਪਤਾ ਮੈਨੇ ਇੱਕ। ਹਾਂ ਜੀ, ਕਿਆ ਬ੍ਰਿਸਲ ਦਿਖਾ ਨਾ ਇਹ ਜਨਾਬ, ਪਤਾ ਕੀ ਉਹ ਬਕਟ ਜਿਹਾ ਨਹੀਂ ਹੁੰਦਾ ਜਿਹੜਾ? ਹਾਂ ਚਲੋ ਲੈ ਲੈਣ। ਮੈਂ ਕਿਹਾ ਅਫਾਨ ਲੈਣਾ ਜਾਂ ਅਭੀ ਕਿ ਬਾਅਦ ਮੈਂ ਆਉਣਾ, ਇੱਧਰ ਹਮਨੇ ਆਉਣਾ ਤਾਂ ਹੈ ਇੱਧਰ, ਚਲ ਆ ਜਾ ਫਿਰ ਬਾਅਦ ਚੋਂ ਲੈਂਦੇ ਹਾਂ। ਜਿਹੜਾ ਟੋਪੀਆਂ ਵੇਖੋ, ਪਹਿਲੇ ਖਾਣਾ ਖਾ ਕੇ ਨਾ ਫਿਰ ਇੱਧਰ ਦੁਬਾਰਾ ਆਤੇ ਸੀ ਮਾਰਕੀਟ ਮੇਂ, ਠੀਕ ਹੈ? ਉਹ ਯਾਰ ਮਜ਼ੇਦਾਰ ਜਿਹਾ ਕੁਛ ਰੱਖਣ ਦਿਆ ਨਾਜ਼ਰੀਨ, ਜੋ ਵੀ ਇਹ ਖਾਂਦੇ ਨੇ ਨਾ। ਹਮਾਂ ਤਾਂ ਨਹੀਂ ਗਈ ਯਹਾਂ ਪੇ, ਇਹ ਨਹੀਂ ਹੈ, ਦੋਨੋਂ ਨੂੰ ਕਬਾਬ ਹੀ ਹੈ ਜੈਸੇ। ਜਨਾਬ ਤੁਸੀਂ ਪਿੱਛੇ ਹੀ ਹੋ ਨਾ, ਹਮ ਆ ਗਏ ਹੈ, ਹਮ ਦੇਖ ਸਕਤੇ ਹੈਂ ਕਿ ਕੈਸੀ ਮਾਹੌਲ ਹੈ। ਅੱਛਾ ਇਹ ਤਾਂ ਮੈਨੂੰ ਲੱਗਣ ਦਿਆ ਬਿਲਕੁਮਾਨ ਸਾਹਿਬ ਜੈਸੇ ਨਾ ਕੋਈ ਫੂਡ ਸਟਰੀਟ ਟਾਈਪ ਕੋਈ ਚੀਜ਼ ਹੈ। ਦੇਖਾ ਹਾਂ, ਓਏ ਆ ਵੇਖ ਲੁਕਮਾਨ ਕੈਸਾ ਯਾਰ। ਨਾਜ਼ਰੀਨ ਮੈਨੂੰ ਲੱਗਣ ਦਿਆ ਹੈਗਾ ਵੀ ਉਹ ਵਾਲੀ ਫੂਡ ਸਟਰੀਟ ਟਾਈਪ ਕੋਈ ਚੀਜ਼, ਠੀਕ ਹੈ? ਔਰ ਇਹ ਵੀ। ਅੱਛਾ ਅੱਛਾ, ਨਹੀਂ ਮੈਂ ਕਹਿ ਰਹਾ ਕਿ ਹਮ ਜੋ ਇਤਨੇ ਜ਼ਿਆਦਾ ਗੁਜ਼ਰ ਰਹੇ ਹੈ ਤੋ ਵੋ ਵੀ ਅੱਛੇ ਥੇ। ਕਿਆ ਮਿਸਟਰ ਬੀਨ ਵਾਲੀ ਗਾੜੀ ਹੈ ਨਾ ਆਫੀਆ, ਮਿਸਟਰ ਬੀਨ ਵਾਲੀ ਗਾੜੀ ਸੀ। ਉਹ ਕਿੱਥੇ ਟੈਕਸੀ ਲੈ ਕੇ ਆ ਗਿਆ ਨਾਜ਼ਰੀਨ ਮੇਰੇ ਵਰਗਾ ਸ਼ਾਇਦ।
ਓਏ ਨਾਜ਼ਰੀਨ, ਅਸੀਂ ਯਾਰ ਆਪਣਾ ਖਾਣਾ ਉਡੀਕਣ ਦੇ ਹਾਂ, ਰੱਬ ਜਾਣਦਾ ਭੁੱਖ ਲੱਗੀ ਹੈ, ਹੁਣੀ ਖਾਣਾ ਆਉਂਦਾ ਨਾ ਤੁਹਾਨੂੰ ਖਾਂਦੇ ਹਾਂ। ਨਾਜ਼ਰੀਨ, ਨਵੀਂ ਤਾਜ਼ੀ ਐਪ ਇਹ ਕਿ ਮੇਰਾ ਖਾਣਾ ਆ ਗਿਆ। ਖਾਣਾ ਇਹ ਵੇ, ਨਾਰਮਲ ਨਾ ਮੈਂ ਡੋਨਰ ਮੰਗਵਾਇਆ ਸੀ, ਅਤੇ ਡੋਨਰ ਜਿਹੜਾ ਨਾ ਮੇਰੇ ਦਿਮਾਗ ਵਿੱਚ ਇਹ ਸੀ ਕਿ ਜਿਵੇਂ ਸਾਡੇ ਜਰਮਨੀ ਦਾ ਡੋਨਰ ਹੁੰਦਾ ਨਾ, ਅਤੇ ਵਿੱਚ ਸਲਾਦ ਅਤੇ ਵਿੱਚ ਸੋਸ ਚਟਨੀਆਂ ਇਹ ਜਿਹੀਆਂ, ਜਿੱਦਾਂ ਡੋਨਰ ਹੈ ਮੇਰਾ। ਆਫੀਆ ਨੇ ਵੀ ਇਹ ਮੰਗਵਾਇਆ, ਅਫਾਨ ਨੇ ਵੀ ਉਹ ਮੰਗਵਾਇਆ, ਔਰ ਉਹ ਅਫਾਨ ਸਾਹਿਬ ਨੇ ਕੁਛ ਮੰਗਵਾਇਆ ਵੇ, ਉਹ ਮਜ਼ੇਦਾਰ ਜਿਹਾ ਲੱਗਣ ਦਿਆ ਵੇ। ਉਹ ਜੀ ਖਾਣਾ ਖਾ ਲਿਆ, ਅਤੇ ਜਿਹੜਾ ਕਿ ਹਮੇਸ਼ਾ ਦੀ ਤਰ੍ਹਾਂ ਜਿਵੇਂ ਅਸੀਂ ਹਮੇਸ਼ਾ ਕਰੀਦਾ ਵੇ ਕਿ ਬੱਚਿਆ ਜਿਹੜਾ ਵੇ ਉਹ ਪੈਕ ਕਰਾ ਲਿਆ, ਕਿਉਂਕਿ ਅਜੇ ਅਸੀਂ ਨਾਜ਼ਰੀਨ ਉਹ ਬਾਹਰ ਹੀ ਹਾਂ ਯਾਰ। ਨਾਜ਼ਰੀਨ, ਮੈਂ ਤੁਹਾਡੇ ਨਾਲ ਗੱਲ ਕੀ ਕਰਾਂ, ਕਸਮੇ ਫੁੱਲ ਮੱਤ ਵੱਜ ਗਈ ਹੈ, ਰੱਬ ਜਾਣਦਾ ਹੈ ਰੋਟੀ ਖਾ ਕੇ ਨਾ। ਰਹੀ ਗੱਲ ਨਾਜ਼ਰੀਨ ਖਾਣੇ ਦੀ, ਅਤੇ ਖਾਣੇ ਨੂੰ ਨਾਰਮਲ ਅਤੇ ਭੈੜਾ ਨਹੀਂ ਕਹਿਣਾ ਚਾਹੀਦਾ ਕਿਉਂਕਿ ਰਿਜ਼ਕ ਹੈ ਨਾ, ਲੇਕਿਨ ਤੁਹਾਡੀ ਅਗਰ ਮੈਂ ਇਹਨੂੰ ਵੇਖਾਂ ਨਾ ਕਿ ਜਰਮਨੀ ਦਾ ਅਤੇ ਇੱਥੇ ਦਾ ਤੁਰਕੀਆਂ ਦਾ ਖਾਣਾ, ਅਤੇ ਫਿਰ ਜਰਮਨੀ ਦਾ ਫਿਰ ਬਹੁਤ ਮਜ਼ੇਦਾਰ ਜੇ, ਬਹੁਤ ਮਜ਼ੇਦਾਰ ਹੈ, ਇਹ ਮੈਂ ਤੁਹਾਨੂੰ ਕਹਿ ਸਕਦਾ ਵਾਂ। ਲੇਕਿਨ ਖਾਣਾ ਵੀ ਮਾੜਾ ਨਹੀਂ ਸੀ, ਲੇਕਿਨ ਜਰਮਨੀ ਦਾ ਇਹਦੇ ਨਾਲੋਂ ਵੀ ਅੱਛਾ। ਇਹ ਸੀ ਮੇਰੀ ਅੱਜ ਕੀ। ਅੱਛਾ, ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਛੋਟੇ ਛੋਟੇ ਬਾਜ਼ਾਰਾਂ ਦੇ ਵਿੱਚ ਗੱਡੀਆਂ ਕਿਵੇਂ ਲੈ ਕੇ ਜਾ ਸਕਦੇ ਨੇ, ਕਿਉਂ ਆਫੀਆ ਕਿਉਂ ਇਸੇ ਫਿਰਤੇ ਰਹਿਤੀ ਹੈ ਛੋਟੇ ਛੋਟੇ ਬਾਜ਼ਾਰੋਂ ਕੇ ਅੰਦਰ। ਹਾਂਜੀ ਹਾਂਜੀ, ਕਿਚਨ ਮੇ ਰੱਖਣੇ ਕੇ ਲੀਏ ਵੋ ਨਹੀਂ ਜੋ ਤੇ ਪੋਨੇ ਕਿਚਨ ਡਬਲ ਦੇਖਾ ਪੁੱਤਰ, ਮੈਨੂੰ ਸਾਰਾ ਪਤਾ ਹੈ। ਯੈਸ ਬ੍ਰਦਰ। ਨਾਜ਼ਰੀਨ ਹੈ ਕੀ ਯਾਰ, ਉਹ ਦਿਲ ਦੇ ਵਿੱਚ ਇਹਨਾਂ ਨੇ ਅਲਫਲਾ ਟਾਵਰ ਪਾ ਛੱਡਿਆ, ਅਲਫਲਾ ਟਾਵਰ। ਮੈਂ ਨਾ ਜਦੋਂ ਪਿਛਲੀ ਵਾਰੀ ਇੱਥੇ ਆਇਆ ਨਾ ਪੈਰਿਸ ਨਾਲ ਨਾਜ਼ਰੀਨ, ਅਤੇ ਮੈਂ ਨਾ ਫਿਰ ਆਪਣੀ ਨਾ ਬਾਜੀ ਨੇ ਮਿਲੇ ਇੱਥੇ ਜਰਮਨੀ ਦੇ ਵਿੱਚ, ਠੀਕ ਹੈ, ਅਤੇ ਉਹਨਾਂ ਨੂੰ ਮੈਂ ਦੱਸਣ ਦਿਆ, ਮੈਂ ਕਿਹਾ ਬਾਜੀ ਅਸੀਂ ਉੱਥੇ ਗਏ, ਅਤੇ ਉੱਥੇ ਜਾ ਕੇ ਨਾ ਮੈਂ ਫਿਰ ਅਲਫਲਾ ਟਾਵਰ ਗਿਆ, ਅਤੇ ਅਲਫਲਾ ਟਾਵਰ ਮੈਂ ਅਲਫਲਾ ਟਾਵਰ ਨਾ ਕਰਨ ਦਿਆਂ ਨਾ ਗੱਲਾਂ, ਅਤੇ ਬਾਜੀ ਕਹਿੰਦੀ ਉਹਦਾ ਨਾਮ ਅਲਫਲਾ ਟਾਵਰ ਹੈ। ਮੈਂ ਕਿਹਾ ਬਾਜੀ ਉਹਦਾ ਨਾਮ ਨਾ ਇਸਲਾਮੀ ਜਿਹੜਾ ਨਾਮ ਹੈ ਨਾ ਉਹਦਾ ਅਲਫਲਾ ਟਾਵਰ। ਕਹਿੰਦੀ ਅੱਛਾ। ਓਏ ਨਾਜ਼ਰੀਨ, ਮੇਰੀ ਨਾ ਫੁੱਲ ਮੱਤ ਵੱਜ ਗਈ ਯਾਰ, ਕਸਮ ਮੈਂ ਖਾਣਾ ਖਾਧਾ ਹੈ ਨਾ ਜਦੋਂ, ਅਤੇ ਬਹੁਤ ਮੱਤ ਵੱਜ ਗਈ ਹੈ, ਰੱਬ ਜਾਂਦਾ, ਮੈਂ ਜਾਂਦੀ ਹਾਂ, ਮੇਰਾ ਰੱਬ ਜਾਂਦਾ, ਅਤੇ ਬੱਚੇ ਬੜੇ ਨੇ ਕਸਮੇ ਦੁਕਾਨ ਦੇ ਵਿੱਚ। ਬਿੱਲੀ ਆ ਤੇ ਕੁਛ ਨਹੀਂ ਲਿਆ ਦੇਣਾ ਕੁਛ ਅੰਦਰ, ਕਿਉਂ ਕੁਛ ਨਹੀਂ ਆਉਂਦਾ, ਅਖੇ ਥੱਕ ਗਈ ਹੈ। ਹਾਂ ਮੇਰਾ ਬਿੱਲਾ ਚੜਾ ਚੱਕਾ, ਫਿਰ ਅਖੇ ਬਹੁਤ ਅੱਛੀ ਹੈ, ਚੱਲ ਬਸ ਲੈਣਾ ਹੈ। ਮੈਨੂੰ ਅੱਛਾ ਲੱਗ ਰਿਹਾ ਹੈ ਨਾ, ਇਹ ਦੇਖੋ ਆਫੀ, ਇਹ ਦੇਖੋ ਅੱਛਾ ਉਸਕੇ ਸਾਥ ਉਧਰ ਹਾਂ ਉਧਰ ਹੀ ਉਧਰ ਹੀ ਤਿੰਨ ਤਾਂ ਇਹ ਵੀ ਅੱਛਾ ਲੱਗ ਰਿਹਾ ਮੈਨੂੰ, ਇਹ ਦੇਖ ਚੂੜੀਆਂ। ਅੱਛਾ ਨਾਜ਼ਰੀਨ, ਘੁੰਮਦੇ ਘੁੰਮਾਉਂਦੇ ਅਸੀਂ ਪਤਾ ਨਹੀਂ ਕਿੱਥੇ ਆ ਗਏ ਹਾਂ, ਲੇਕਿਨ ਜਿੱਥੇ ਵੀ ਆ ਗਏ ਹਾਂ ਨਾ ਉੱਥੇ ਹੈਗਾ ਦਰਿਆ, ਉਹ ਤੁਹਾਡਾ ਭਲਾ ਹੋਵੇ। ਲੁਕਮਾਨ, ਇਹ ਜਰਮਨੀ ਜਾਂਦਾ ਦਰਿਆ ਕਿੱਥੇ ਜਾਂਦਾ ਯਾਰ, ਇਹਨੂੰ ਪੁੱਛ ਕਿੱਥੇ ਜਾਂਦਾ, ਇਹ 'ਚ ਬਹੀਏ ਘਰ ਚੱਲੀਏ ਚੌਧਰੀ, ਮੈਂ ਥੱਕ ਗਿਆ ਵਾਂ ਕਸਮ। ਕਿਆ ਕਰ ਰਹੇ ਹੋ, ਹੱਦ ਮੁੱਕੀ ਚੌਧਰੀ ਤੇਰੀ। ਇੱਥੇ ਸਾਡੇ ਨਾ ਲੁਕਮਾਨ ਸਾਹਿਬ, ਅਗਰ ਆਪਕੋ ਸਹੀ ਬਾਤ ਬਤਾਊਂ ਨਾ, ਫੈਸਲਾਬਾਦ ਮੇਂ ਇਹ ਦਰਿਆ ਹੈ ਨਾ, ਠੀਕ ਹੈ ਨਾ, ਫੈਸਲਾਬਾਦ ਮੇਂ ਇੱਕ ਨਹਿਰ ਹੈ, ਨਹਿਰ ਕਹਿ ਲਓ,
ਨਹਿਰ ਹੁੰਦੀ ਹੈ, ਉਹ ਦਰਿਆ ਨਹੀਂ ਹੈ, ਦਰਿਆ ਬਹੁਤ ਵੱਡੇ ਹੁੰਦੇ ਨੇ, ਠੀਕ ਹੈ। ਏਡੀ ਉੱਥੇ ਪਾਕਿਸਤਾਨ ਫੈਸਲਾਬਾਦ ਦੇ ਵਿੱਚ ਨਹਿਰ ਹੈ ਜਿਹਦੇ ਵਿੱਚ ਅਸੀਂ ਨਹਾਈਦਾ ਹੁੰਦਾ ਸੀ, ਉਹਦਾ ਨਾਂ ਹੈ ਵੱਡੀ ਨਹਿਰ। ਇੱਕ ਉੱਥੇ ਹੈਗੀ ਛੋਟੀ ਨਹਿਰ ਝਾਲ ਦੇ ਉੱਤੇ ਫੈਸਲਾਬਾਦ ਵਿੱਚ ਨਾ, ਅਤੇ ਇੱਕ ਹੈਗੀ ਵੱਡੀ ਨਹਿਰ, ਸੋਰੀ ਏਡੀਆਂ ਉੱਥੇ ਨਹਿਰਾਂ ਹੁੰਦੀਆਂ ਜਿੱਡੇ ਤੁਹਾਡੇ ਇੱਥੇ ਦਰਿਆ ਨੇ। ਨਾਜ਼ਰੀਨ ਬਹੁਤ ਗਰਮੀ ਯਾਰ, ਕਸਮੇ ਅੱਲਾ ਦੀ ਯਾਰ, ਰੰਗ ਕਾਲਾ ਹੋ ਗਿਆ। ਇਹ ਉਹੀ ਤਾਂ ਨਹੀਂ ਜਨਾਬ ਜਿਹੜਾ ਅੱਗੇ ਮੈਂ ਦੱਸਣ ਦਿਆ ਸੀ ਕਿ ਸੜ ਗਿਆ ਸੀ, ਹੈ ਨਾ, ਹੈ ਨਾ, ਉਹ ਇੱਧਰਲੇ ਬੰਨੇ ਨਿਕਲ ਆਏ ਹਾਂ। ਹਾਂ ਯਾ ਅੱਛਾ, ਮੈਨੂੰ ਇਹ ਨਹੀਂ ਸਮਝ ਲੱਗਣ ਦੀ ਕਿ ਇਹ ਸਾਰੇ ਜਿਹੜੇ ਇੱਥੇ ਬੈਠੇ ਨੇ ਇਹ ਬਹਿ ਕੇ ਅਤੇ ਇੱਥੇ ਫੋਟੋ ਖਿੱਚਣ ਦੇ ਨੇ ਇਸ ਚਰਚ ਦੀ ਜਿਹੜਾ ਕਿ ਸੜ ਗਿਆ ਸੀ। ਕੋਈ ਲਾਜ਼ਮੀ ਗੱਲ ਕੋਈ ਹੋਣੀ ਇਹਦੀ, ਕੋਈ ਹਿਸਟਰੀ ਮਿਸਟਰੀ ਕੋਈ ਸਮਝ ਲੱਗਣ ਦੀ। ਕੋਈ ਕਿੰਨੇ ਬੜੇ ਬਾਬੇ ਨੇ ਨਾਜ਼ਰੀਨ, ਪਤਾ ਨਹੀਂ ਇਹਨਾਂ ਦੀ ਫੋਟੋਆਂ ਤਾਂ ਨਹੀਂ ਖਿੱਚਣਦੇ, ਵੇਖਿਓ ਜ਼ਰਾ ਜੀ, ਕੋਈ ਹੋਣਾ ਵੇ ਕੋਈ ਚੱਕਰ ਨਾਜ਼ਰੀਨ, ਉਹੀ ਗੱਲ ਕਿ ਸਾਨੂੰ ਚਲੋ ਨਹੀਂ ਪਤਾ, ਮੈਨੂੰ ਮਤਲਬ ਕਿ ਮੈਨੂੰ ਨਹੀਂ ਪਤਾ, ਉਹ ਵੱਖਰੀ ਗੱਲ ਹੈ। ਲੇਕਿਨ ਆਓ ਯਾਰ ਚੱਲੀਏ ਕਿਸੇ ਬੰਨੇ। ਨਾਜ਼ਰੀਨ ਮੈਂ ਤੁਹਾਨੂੰ ਇੱਕ ਚੀਜ਼ ਮੈਂ ਬਾਅਦ ਚੋਂ ਵਿਖਾਉਣਾ, ਇਹ ਵਾਲੀ ਪਹਿਲੇ ਨਾ ਜ਼ਰੂਰੀ ਚੀਜ਼ ਪਤਾ ਕੀ ਹੈ, ਬਿਸਮਿਲ੍ਲਾ ਰਹਿਮਾਨ ਰਹੀਮ, ਚੈੱਕ ਕਰ ਰਹੇ ਤੁਸੀਂ, ਇਹ ਹੈਗਾ ਓਲੰਪਿਕ ਪੈਰਿਸ, ਪਤਾ ਨਹੀਂ ਓਲੰਪਿਕ ਦਾ ਨਹੀਂ ਜਿਹੜਾ ਹੁੰਦਾ ਜਿਹੜੇ ਨਹੀਂ ਉਹ ਵੱਡੀ ਜਿਹੀ ਸਿਗਰਟ ਬਾਲ ਕੇ ਭੱਜਦੇ ਹੁੰਦੇ ਨੇ ਅਤੇ ਫਿਰ ਉਹ ਆਪਣੇ ਜਾਂਦੇ ਨੇ, ਕੀ ਕਹਿੰਦੇ ਨੇ ਮਿਸ਼ਲ ਕੇ ਮਿਸ਼ਾਲ ਦੀ ਜਿਹੜੀ ਹੈ ਨਾ, ਕੀ ਪਤਾ ਨਹੀਂ ਕੀ ਕਰਦੇ ਨੇ। ਸਹੀ ਪੁੱਛੋ ਨਾ, ਕਸਮ ਖੁਦਾ ਪਾਕ ਦੀ ਬਹੁਤ ਗਰਮੀ, ਮੈਂ ਮੂੰਹ ਧੋ ਕੇ ਆਇਆ ਹੁਣੇ ਹੀ, ਮੈਂ ਪਤਾ ਖਲੋਤਾ ਕਿੱਥੇ ਆ, ਚੈੱਕ ਕਰ ਰਿਹਾ। ਅੱਛਾ ਮੈਂ ਗੱਲ ਇਹ ਕਰਨ ਦਿਆ ਸੀ, ਇੱਕ ਮਿੰਟ ਠਹਿਰੋ ਤਰਾ, ਜਿਹੜੀ ਮੈਂ ਤੁਹਾਨੂੰ ਸ਼ੈ ਵਿਖਾਣੀ ਸੀ ਉਹ ਸ਼ੈ ਹੈਗੀ ਹੈ, ਹੁਣ ਮੈਂ ਖੈਰ ਪਾਣੀ ਸ਼ਾਣੀ ਸਾਰਾ ਮੈਂ ਪੀ ਲਿਆ ਵੇ, ਰਾਤੀ ਮੈਂ ਤੁਹਾਨੂੰ ਖਾਈ ਸੀ, ਉਹ ਅੱਲਾ ਦੀ ਕਸਮ ਇਹਨਾਂ ਨੇ ਚੀਜ਼ਾਂ ਜਿਹੜੀਆਂ ਲਾਈਆਂ ਨੇ ਨਾ ਬਹੁਤ ਮਜ਼ੇਦਾਰ ਨੇ, ਠੀਕ ਹੈ। ਔਰ ਉਸ ਤੋਂ ਬਾਅਦ ਇਹਨੂੰ ਹੁਣ ਮੈਂ ਦਬਾਉਣਾ ਨਹੀਂ, ਇਹਦੇ ਵਿੱਚੋਂ ਨਿਕਲਦਾ ਵੇ ਉਹ ਫੁਹਾਰ ਜੀ ਨਿਕਲਦੀ ਹੈ ਅਤੇ ਉਹ ਵੀ ਤੁਹਾਨੂੰ ਕਾਫੀ ਮਦਦ ਕਰਦੀ ਹੈ ਗਰਮੀ ਦੇ ਵਿੱਚ। ਉਹ ਇੱਥੇ ਹਵਾ ਆਉਂਦੀ ਯਾਰ ਬੜੀ ਵਧੀਆ, ਉਹ ਇੱਥੇ ਉਹੀ ਸਿਸਟਮ 'ਚ ਹਵਾ ਲਾ, ਵਾਓ ਲੱਭ ਗਈ ਲੱਭ ਗਈ ਲੱਭ ਗਈ, ਬੱਚੇ ਮੇਰੇ ਲੱਭ ਗਏ ਯਾਰ। ਅੰਦਰ ਕੋ ਨਹੀਂ ਜਾਣਾ ਅਸੀਂ, ਕਿਉਂਕਿ ਅੰਦਰ ਪਤਾ ਨਹੀਂ ਕੀ, ਅਸੀਂ ਆਪਣੇ ਹਿਸਾਬ ਨਾਲ ਨਿਕਲੇ ਹਾਂ ਅਤੇ ਅਸੀਂ ਆਪਣੇ ਹਿਸਾਬ ਨਾਲ ਸਾਰੀ ਜਿਹੜੀ ਨਾ ਸੈਰ ਸਪਾਟਾ ਕਰਨਾ ਵੇ, ਲੇਕਿਨ ਚੈੱਕ ਕਰ ਰਹੇ ਤੁਸੀਂ ਇਹ ਸਿਲਸਿਲਾ ਸਹੀ ਹੈ ਅਤੇ ਚਲੀ ਆ ਜਾਓ, ਕਿੱਧਰ ਗਏ ਕਾਹੇ ਮਾਮਾ। ਅੱਛਾ ਬੜੀ ਸਿਕਿਉਰਿਟੀ ਹੈ ਇੱਧਰ, ਹੈ ਨਾ, ਪੁਲਿਸ ਕੀ ਗਾੜੀਆਂ ਦੇਖੋ ਕਿੰਨੀ ਜ਼ਿਆਦਾ ਹੈ, ਸ਼ਾਲ ਸਾਹਿਬ ਹੈ ਨਾ, ਆਹੋ। ਨਾਜ਼ਰੀਨ ਵੱਜੀ ਮੱਤ ਦੇ ਨਾਲ ਫਿਰ ਤੁਹਾਡੀ ਖਿਦਮਤ ਹਾਜ਼ਰ, ਅਸੀਂ ਹੁਣ ਟ੍ਰੇਨ 'ਤੇ ਚੱਲੇ ਹਾਂ ਕਿਤੇ, ਕਿਉਂਕਿ ਲੁਕਮਾਨ ਨੇ ਸਾਰਾ ਪਲਾਨ ਬਣਾਇਆ ਵੀ ਮੇਰਾ ਨਾਲ ਸਾਡੀ ਟ੍ਰੇਨ ਆ ਗਈ। ਅੱਛਾ ਯਾਰ ਸਿਸਟਮ ਇਹਨਾਂ ਦਾ ਚੰਗਾ ਵੀ ਆ ਰਿਹਾ ਭਲਾ, ਕਿ ਕੋਈ ਬੰਦਾ ਅੰਦਰ ਨਹੀਂ ਜਾ ਸਕਦਾ ਨਾ। ਅੱਛਾ ਨਾਜ਼ਰੀਨ ਅਸੀਂ ਪਤਾ ਕਿਤੇ ਚੱਲੇ ਹਾਂ, ਅਸੀਂ ਚੱਲੇ ਹਾਂ ਸ਼ਹਿਰ, ਠੀਕ ਹੈ ਨਾ, ਅਤੇ ਅਸੀਂ ਫਿਰਦੇ ਤੌਰ 'ਤੇ ਚੱਲੇ ਹਾਂ, ਕੱਲ੍ਹ ਸਮੇਂ ਲੱਗੇ ਟ੍ਰੇਨ 'ਤੇ, ਮੈਂ ਕਿਹਾ ਤਾਂ ਚੈੱਕ ਕਰੀਏ ਇਹਨਾਂ ਦੀਆਂ ਟ੍ਰੇਨਾਂ ਕਿਸੇ ਯਾਰ, ਤੁਹਾਨੂੰ ਆਵਾਜ਼ ਨਹੀਂ ਆਉਂਦੀ ਅਤੇ ਕੱਪ ਕੱਪੀਏ ਨਾ ਪਲੀਜ਼। ਅਤੇ ਨਾਜ਼ਰੀਨ ਇਹਨੂੰ ਮੈਂ ਪੂਰਾ ਨਹੀਂ ਵਿਖਾਉਣਾ ਗੰਦਾ ਬੱਚਾ ਵੇ, ਅਤੇ ਇਸ ਲਈ ਮੈਂ ਤੁਹਾਨੂੰ ਨਾ ਸਿਰਫ ਇੰਜ ਵੀ ਵਿਖਾ ਦਿੰਦਾ ਵਾਂ ਕਿ ਇਹ ਹੈਗਾ ਵੇ ਮਿਊਜ਼ੀਅਮ ਦੇ ਥੱਲੇ, ਪਤਾ ਨਹੀਂ ਕਿਹੜਾ ਮਿਊਜ਼ੀਅਮ ਇੱਥੇ ਨਾ, ਅੱਛਾ ਮਿਊਜ਼ੀਅਮ ਦੇ ਥੱਲੇ ਕਰਕੇ ਨਾ ਇਹ ਹੈਗਾ ਵੇ ਸਟੇਸ਼ਨ, ਠੀਕ ਹੈ। ਉਹ ਸਟੇਸ਼ਨ ਦਾ ਇਹਨਾਂ ਨੇ ਨਾ ਲੁੱਕ ਵੀ ਇਸ ਕਿਸਮ ਦੀ ਬਣਾਈ ਹੈ ਕਿ ਜਿਵੇਂ
ਤਾਰੀਖੀ ਮਕਾਮਾਤ ਇਹ ਕੀ ਹੈ? ਅੱਛਾ ਚੈੱਕ ਕਰ ਰਹੇ ਹੋ ਤੁਸੀਂ? ਚਲੋ ਬਹਰਹਾਲ ਬਾਹਰ ਚਲੀਏ। ਅੱਛਾ ਨਾਜ਼ਰੀਨ, ਪਤਾ ਅਸੀਂ ਕਿੱਥੇ ਆ ਗਏ ਹਾਂ? ਵਿਸ਼ਾਲੀ ਪਤਾ ਕਿਆ ਹੈ? ਉਹ ਜਹਾਂ ਪੇ ਵੋ ਫੁੱਫੋ ਮੂਨਾ ਲੀਜ਼ ਹੈ, ਹੈ ਨਾ? ਫੁੱਫੋ ਮੂਨਾ ਹੈ ਨਾ, ਹੈ ਨਾ? ਅੱਛਾ ਅਤੇ ਇੱਥੇ ਜਨਾਬ ਵਾਲੀ ਉਹ ਵਾਲੀ ਏ ਮੋਨਾਲੀਜ਼ਾ, ਮੋਨਾਲੀਜ਼ਾ ਭੈਣ ਦੇ ਪਿੰਡੋ, ਦਾਲ ਅਤੇ ਕੱਦੂ ਭੈਣ ਦੇ ਪਿੰਡੋ, ਇਹ ਜਨਾਬ ਸਾਹਮਣੇ ਇੱਥੇ ਜੇ। ਮੈਂ ਮੇਰੇ ਬੁੱਢੀ ਨੂੰ ਇਹ ਨਹੀਂ ਪਤਾ ਕਸਮ, ਮੋਨਾਲੀਜ਼ਾ, ਮੋਨਾਲੀਜ਼ਾ ਕੌਣ ਹੈ ਜਨਾਬ? ਹੈਂ ਮਜ਼ਾਕ ਨਹੀਂ ਪਤਾ ਕਿ ਨਹੀਂ? ਯਾਰ ਉਹ ਬੜੀ ਮਸ਼ਹੂਰ ਜੀ ਫੋਟੋ ਨਹੀਂ ਜਿਹੜੀ ਉਹ ਜਿਹਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਵੀ ਉਹਨਾਂ ਨੇ ਸੁੱਟ ਛੱਡੇ ਸੀ, ਰੰਗ ਜਿਹਾ ਨਹੀਂ ਸੀ ਸੁੱਟ ਛੱਡਿਆ ਪਿਛਲੇ ਦਿਨਾਂ ਦੇ ਵਿੱਚ, ਇੱਕ ਦੋਸਤ ਦੋ ਤਿੰਨ ਸਟੂਡੈਂਟਾਂ ਨੇ, ਪਤਾ ਕਿ ਨਹੀਂ? ਅੱਛਾ ਅੱਛਾ ਪਰ ਲੈ ਵਾਲਾ ਇੱਥੇ ਵੇ, ਠੀਕ ਹੈ ਨਾ? ਉਹ ਨਾਜ਼ਰੀਨ ਹੈ ਕਿ ਯਾਰ ਟੈਕਸੀਆਂ ਨੇ, ਪਤਾ ਨਹੀਂ ਉਹ ਟੈਕਸੀਆਂ ਨੇ ਮੇਰੇ ਖਿਆਲ ਨਾਲ। ਚਲੋ ਬਹਰਹਾਲ, ਖੈਰ ਹੁਣ ਹੈ ਤਾਂ ਬੰਦ ਵੇ, ਤੁਸੀਂ ਅੰਦਰ ਨਹੀਂ ਜਾ ਸਕਦੇ। ਅਤੇ ਮੈਂ ਸੁਭਾਅ ਲੁਕਮਾਨ ਨੂੰ ਕਹਿਣ ਦਿਆ, ਕਹਿੰਦੇ ਮੈਂ ਕਿਹਾ ਯਾਰ ਉੱਧਰ ਵੀ ਚੱਲਦੇ ਹਾਂ, ਅਤੇ ਮੈਨੂੰ ਕਹਿਣ ਦਿਆ ਸੀ ਕਿ ਉਹ ਮੇਰਾ ਖਿਆਲ ਹੈ ਕਿ ਉਹ ਹਫ਼ਤਾ 10 ਦਿਨ ਪਹਿਲੇ ਤੁਹਾਨੂੰ ਟਿਕਟਾਂ ਲੈਣੀਆਂ ਪੈਂਦੀਆਂ ਨੇ ਪਹਿਲੇ ਇੱਥੇ ਦੀਆਂ, ਅਤੇ ਫਿਰ ਤੁਸੀਂ ਅੰਦਰ ਜਾ ਸਕਦੇ ਹੋ। ਅਤੇ ਉਹ ਅਸੀਂ ਹਫ਼ਤਾ 10 ਦਿਨ ਕੀ ਪਹਿਲੀ ਅਸੀਂ ਤਾਂ 2-3 ਘੰਟੇ ਪਹਿਲੇ ਵੀ ਨਹੀਂ ਟਿਕਟਾਂ ਲਈਆਂ, ਸਾਨੂੰ ਕਿਹਾ ਸੀ ਇੱਥੇ ਆ ਕੇ ਲੈਣੀਆਂ ਨੇ, ਗੱਲ ਨਹੀਂ ਸਮਝ ਲੱਗੀ। ਉਹ ਆਓ, ਲੇਕਿਨ ਹੈ ਯਾਰ ਚੰਗਾ ਇਲਾਕਾ ਵੇ, ਹੈ ਨਾ, ਹੈ ਨਾ ਨਾਜ਼ਰੀਨ? ਅੰਦਰ ਨਹੀਂ ਜਾ ਸਕਦੇ ਤੁਸੀਂ, ਉਹ ਠੀਕ ਹੈ, ਲੇਕਿਨ ਜਾ ਸਕਦੇ ਲੁਕਮਾਨ ਸਾਹਿਬ, ਇਹਦੇ ਕੌਣ ਸਾ ਕੋਈ ਇਸ਼ਾਰਾ ਇਸ਼ੂਰਾ ਹੈ? ਚਲੋ ਚਲੋ ਜੀ, ਅੱਛਾ ਬੰਦਾ, ਓਕੇ, ਹੈ ਬਹੁਤ ਬੜਾ ਜੀ, ਹੈ ਨਾ? ਨਾਜ਼ਰੀਨ ਠਹਿਰੋ ਜ਼ਰਾ, ਤੋ ਪੁਲਿਸ ਨਹੀਂ ਤੋ ਪੁਲਿਸ ਹੈ ਤੋ ਪੁਲਿਸ ਨਹੀਂ ਉਨਕੋ ਕੌਣ ਸਾ ਕਹਿਣਾ ਹੈ? ਆਪ ਮੇਰੇ ਸਾਥ ਨਹੀਂ ਹੋ? ਅਗਰ ਪੁਲਿਸ ਹੈ ਤੋ ਫਿਰ ਗਾਲ ਹੈ, ਨਹੀਂ ਨਹੀਂ। ਅੱਛਾ ਨਾਜ਼ਰੀ, ਮੈਂ ਹਿਸਾਬ ਪਤਾ ਕੀ ਲਾਇਆ ਮੈਨੂੰ ਨਾ ਇੱਥੇ ਨਾ ਲਾਈਵ ਤੁਸੀਂ ਵੇਖੋ ਨਾ, ਮਤਲਬ ਲਾਈਵ, ਠੀਕ ਹੈ, ਉਹ 'ਚ ਨਹੀਂ ਤੁਹਾਨੂੰ ਉਹ ਚੀਜ਼ ਨਜ਼ਰ ਆਉਂਦੀ ਜਿਹੜੀ ਤੁਹਾਨੂੰ ਕੈਮਰੇ ਦੇ ਵਿੱਚ ਨਜ਼ਰ ਆਉਂਦੀ ਹੈ ਨਾ। ਅੱਛਾ ਯਾਰ, ਇੱਥੇ ਅਸੀਂ ਕਿੱਧਰ ਆ ਗਏ ਹਾਂ? ਓਏ, ਇਹ ਤੋਂ ਅੰਦਰ ਵੀ ਜਾ ਸਕਦੇ ਹਾਂ? ਓਕੇ, ਅੱਛਾ ਹੈ ਆਫੀਆ, ਵਿਸ਼ਾਲ ਦੇਖ ਰਹੀ ਹੋ, ਸਹੀ ਇਹਨਾਂ ਨੇ ਮਿਊਜ਼ੀਅਮ ਬਣਾਇਆ, ਵੈਰੀ ਗੁੱਡ ਹੈ। ਆਫੀ ਤਰਾਓ, ਉਹ ਤੁਹਾਡਾ ਭਲਾ ਹੋ ਜਾਏ ਨਾਜ਼ਰੀ ਨੇ, ਉਹ ਚੈੱਕ ਕਰ ਰਹੇ ਹੋ ਤੁਸੀਂ? ਵਾਹ, ਓਏ ਹੋਏ 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 ਹੋਏ, ਅੱਲਾ ਦੀ ਕਸਮੀ ਯਾਰ, ਨਾਜ਼ਰੀਨ ਠਹਿਰੋ ਤਰਾ, ਮੈਂ ਤੁਹਾਨੂੰ ਸ਼ਾਇਬ ਹਾਂ, ਨਹੀਂ ਨਹੀਂ ਗਾਲ ਹੈ, ਕਰ ਸਕਦੇ ਹਾਂ ਫਿਲਮ ਹਮ? ਨਾਜ਼ਰੀ ਤੁਸੀਂ ਵੇਖੋ ਕਿੱਡਾ ਵੱਡਾ ਵੀ ਯਾਰ। ਅੱਛਾ ਨਾ, ਅੱਛਾ ਮੈਨੂੰ ਨਾ ਆਫੀਆ ਕਹਿਣ ਦੀ, ਕਹਿੰਦੀ ਕਿ ਪਾਪਾ ਫਿਲਮ ਛੱਡ, ਮੈਂ ਤੈਨੂੰ ਸ਼ਾਇਬ ਖਾਵਾਂ। ਮੈਂ ਕਿਹਾ ਹਾਂ, ਕਹਿੰਦੀ ਕਿ ਇਹ ਹਿਸਾਬ ਲਾ ਕਿ ਇਨਸਾਨ ਕਿੱਡੇ ਛੋਟੇ ਛੋਟੇ ਇੱਥੇ ਲੱਗਣਦੇ ਨੇ ਏਡੀ ਵੱਡੀ ਬਿਲਡਿੰਗ ਦੇ ਥੱਲੇ, ਹੈਂ? ਬਾਤ ਤਾਂ ਸਹੀ ਹੈ ਆਫੀਆ ਆਪਕੀ, ਹੈ ਨਾ ਯਾਰ, ਬੜੀ ਗੱਲ ਹੈ ਯਾਰ, ਇਹ ਪਤਾ ਨਹੀਂ ਹੈ ਕਿੱਡਾ ਪੁਰਾਣਾ ਹੈ। ਹਾਂਜੀ, ਤੁਹਾਨੂੰ ਪਤਾ ਯਾਰ ਇਸ ਗੱਲ ਦਾ? ਹਾਂ, ਮੈਨੂੰ ਨਹੀਂ ਪਤਾ ਕਿਆ ਹੈ। ਅੱਛਾ, ਉਹ ਸਾਹਮਣੇ ਕੋਈ ਗਾਣਾ ਵਜਾਣਾ ਲੱਗਾ ਹੈ,
ਯਾਰ ਮੈਂ ਹਿਸਾਬ ਪਤਾ ਕੀ ਲਾਉਂਦੇ ਨਾਜ਼ਰੀਨ, ਇਹ ਵੀ ਇਹਨਾਂ ਦੀ ਕੋਈ ਬਾਦਸ਼ਾਹਾਂ ਦਾ ਕੋਈ ਹਿਸਾਬ ਕਿਤਾਬ ਹੋਣਾ ਨਾ, ਮੈਨੂੰ ਨਹੀਂ ਪਤਾ ਅੱਲਾ ਦੀ ਕਸਮ ਕੋਈ ਪਤਾ ਨਹੀਂ ਮੈਨੂੰ ਕਿਸੇ ਬੰਨੇ ਹਿਸਟਰੀ, ਮਤਲਬ ਮੈਨੂੰ ਇਹ ਨਹੀਂ ਪਤਾ ਸਾਊਦੀ ਅਰਬ, ਸ਼ਾਰਜਾ, ਦੁਬਈ, ਮਸਕਤ, ਇਹ ਮੈਂ ਇਹਨਾਂ ਨੂੰ ਅੱਜ ਤੱਕ ਮੁਲਕ ਸਮਝਦਾ ਰਿਹਾ ਵਾ ਨਾ। ਮੇਰੇ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਦੇ ਵਿੱਚ ਮੇਰੇ ਭੈਣਾਂ ਭਰਾਵਾਂ ਨੇ ਮੇਰੀ ਉਹ ਕੀ ਤਸੀਹ ਕੀਤੀ ਹੈ ਆਹੋ, ਅਤੇ ਮੈਨੂੰ ਨਹੀਂ ਪਤਾ ਕਿ ਬਾਦਸ਼ਾਹਾਂ ਨੇ ਬਣਾਈ ਹੈ ਸਾਰੀ ਬਿਲਡਿੰਗ ਕਿ ਨਾਰਮਲ ਇਨਸਾਨਾਂ ਨੇ ਨਾ, ਠੀਕ ਹੈ, ਲੇਕਿਨ ਜਿੰਨੇ ਵੀ ਬਣਾਈ ਹੈ ਨਾਜ਼ਰੀਨ, ਇਹ ਮੈਂ ਇਹਨਾਂ ਨੂੰ ਇੱਕ ਮਸ਼ਵਰਾ ਦਿੰਦਾ ਕਸਮੇ, ਇਹ ਸਾਰੀ ਬਿਲਡਿੰਗ ਦੇ ਹਾਰ ਵੇਖੋ ਨਾ ਕਿੰਨੇ ਵੱਡੇ ਕਮਰੇ ਨੇ, ਇਹ ਸਾਰੇ ਕਮਰੇ ਕਿਤੇ ਚਾੜਨ ਨਾ ਕਿਰਾਏ 'ਤੇ, ਇਹਨਾਂ ਨੂੰ ਇੰਨੇ ਪੈਸੇ ਇੱਥੋਂ ਲੱਭਣੇ ਨੇ ਨਾ, ਮਜ਼ਾਕ ਨਹੀਂ ਯਾਰ। ਤੁਸੀਂ ਨਾਜ਼ਰੀਨ ਚੈੱਕ ਕਰ ਰਹੇ ਹੋ ਤੁਸੀਂ, ਅੱਲਾ ਦੀ ਕਸਮੇ ਯਾਰ, ਉਹ ਤੁਹਾਡਾ ਭਲਾ ਹੋ ਜਾਵੇ। ਭਾਈ ਮਾਮਾ ਕਿੱਧਰ ਆਫੀਆ, ਆਫੀਆ ਔਰ ਮੈਂ ਇੱਕ ਟੀਮ ਮੇਂ ਹੋਤੇ ਹੈ ਇਮਾ, ਹੈ ਨਾ ਆਫੀਆ, ਅਰੇ ਬਿੱਲੀ ਚਲੀ ਕਾ ਕੀ ਹੈ ਬੇਟਾ, ਅਭੀ ਬਹੁਤ ਅੱਛੀ ਹੈ। ਨਾਜ਼ਰੀਨ ਇਹ ਕੋਈ ਨਾ ਮੇਰਾ ਨਾ ਪੇਟੀ ਭਰਾ ਜਿਹਾ ਲੱਗਣ ਦਿਆ ਮੈਨੂੰ ਇੱਥੇ, ਫਾਨ ਸਾਹਿਬ ਨੂੰ ਉਹਦੀ ਪਰਫਾਰਮੈਂਸ ਬਹੁਤ ਅੱਛੀ ਲੱਗੀ, ਮੈਨੂੰ ਕਹਿੰਦੇ ਮੈਨੂੰ ਪੈਸੇ ਦੇ, ਮੈਂ ਦੇ ਕੇ ਆਉਣੇ ਉਹਨੂੰ ਨਾ, ਸਹੀ ਹੈ, ਅੱਛਾ ਕੀ ਹੈ, ਓਏ ਨਾਜ਼ਰੀਨ ਆ ਵੇਖੋ ਯਾਰ, ਉਹ ਯਾਰ ਵੈਰੀ ਗੁੱਡ ਹੈ ਤੇ ਯਾਰ, ਓਹੋ ਬੱਲੇ 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 ਯਾਰ, ਅੱਲਾ ਦੀ ਕਸਮ ਯਾਰ, ਕੀ ਚੀਜ਼ ਹੈ ਯਾਰ, ਕਾਹਦਾ ਵੇ, ਤੂੰ ਬੜੀ ਹਿਸਟਰੀ ਵਾਲੇ ਕੰਮ ਨੇ ਮੈਨੂੰ ਲੱਗਣ ਦੇ ਨੇ, ਜਿਹੜਾ ਕਿ ਮੈਨੂੰ ਨਹੀਂ ਪਤਾ, ਹਾਲਾਂਕਿ ਮੈਂ 9:30 ਪੜ੍ਹੀਆਂ ਨੇ ਨਾਜ਼ਰੀਨ, ਅਤੇ ਇਹਨਾਂ ਨੂੰ ਸਾਰਾ ਕੁਛ ਮੈਨੂੰ ਦੱਸਣਾ ਚਾਹੀਦਾ ਸੀ ਨਾ, ਇਹਨਾਂ ਨੂੰ ਜੋ ਪਤਾ ਕਿ ਉਸਮਾਨ ਸਾਹਿਬ ਨੇ 9:30 ਤੋਂ ਬਾਅਦ ਕੁਛ ਨਹੀਂ ਪੜ੍ਹਦਾ, ਅਤੇ ਉਹਦੇ ਵਿੱਚ ਹੀ ਮੈਨੂੰ ਦੱਸਣਾ ਚਾਹੀਦਾ ਸੀ ਕਿ ਯਾਰ ਉਸਮਾਨ ਸਾਹਿਬ ਇਹ ਚੀਜ਼ਾਂ ਵੀ ਦੁਨੀਆਂ ਦੇ ਉੱਤੇ ਹੈ ਨੇ, ਆਹ ਕਰਨ ਦਿਆ ਫਾਨ, ਹਾ ਫਾਨ ਗਿਣੋ 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 ਗਿਣੋ, ਇੱਧਰ ਰੱਖੋ ਇੱਧਰ ਇੱਧਰ ਯਾ ਯਾ ਗਿਣੋ ਗਿਣੋ, ਮੂਮੈਂਟ ਮੂਮੈਂਟ ਮੂਮੈਂਟ, ਇੱਧਰ ਰੱਖੋ ਇੱਧਰ, ਚਲੋ ਆਓ ਚਲੇ, ਨਹੀਂ ਨਹੀਂ ਆਪ ਇਤਨੀ ਜ਼ਿਆਦਾ ਤਾਂ ਫੋਟੋ ਬਣਾਈ ਹੈ, ਚਲੋ ਨਾਜ਼ਰੀਨ ਅਭੀ ਹਮ ਇੱਧਰ ਸੇ ਚਲੇ ਹੈ, ਅਤੇ ਅਸੀਂ ਹੁਣ ਚੱਲੇ ਹਾਂ ਅਲਫਲਾ ਟਾਵਰ, ਅਲਫਲਾ ਟਾਵਰ ਵਹੀ ਨਾ ਕਹਿ ਰਹਾ ਹੂੰ, ਹਾਂ ਚਲੋ ਨਾਜ਼ਰੀਨ ਹੁਣ ਇੱਥੋਂ ਨਿਕਲੀਏ ਬਾਹਰ, ਕਿਉਂਕਿ ਹਜੇ ਨਾ ਅਸੀਂ ਜਾਣਾ ਮੈਂ, ਅਭੀ ਹਮਨੇ ਕਹਾਂ ਜਾਣਾ, ਅਭੀ ਹਮਨੇ ਕਹਾਂ ਜਾਣਾ, ਆਈਫਲ ਟਾਵਰ, ਉਹ ਤਾਂ ਡੋਇਸ਼ ਮੇਂ ਨਾ ਆਈਫਲ ਟੋਮ, ਇੱਥੇ ਪਹੁੰਚ ਗਏ ਨਾਜ਼ਰੀਨ, ਅਸੀਂ ਕਿੱਥੇ ਵਾਲਾ, ਲਓ ਜੀ ਇਹ ਹੈਗਾ ਜੇ ਪੈਰਿਸ ਦਾ ਮਨਾਰੇ ਪਾਕਿਸਤਾਨ, ਕੱਲ ਨਹੀਂ ਸਮਝ ਲੱਗੀ, ਇਹਨੂੰ ਹੁਣ ਜਾ ਕੇ ਨਾ ਨੇੜੇ ਵੇਖਦੇ ਹਾਂ ਕਿ ਇੱਥੇ ਕਿਹੜੀ ਇੱਥੇ ਖਾਸ ਖੂਬੀ ਹੈ। ਅੱਛਾ ਨਾਜ਼ਰੀਨ ਅਸੀਂ ਵੜ ਗਏ ਹਾਂ ਅੰਦਰ, ਅਤੇ ਇਹ ਹੈਗਾ ਵੇ ਉਹ ਨਾਜ਼ਰੀਨ, ਇਹਦਾ ਲੋਹਾ ਅਗਰ ਬੰਦਾ ਤੋੜ ਕੇ ਵੇਚੇ ਨਾ,